ਨਾ ਕਿਉਂ ਲਾਉਣਾ ਪਿਆ? ਇਹਦੇ ਪਿੱਛੇ ਕਾਰਨ ਕੀ ਹੈ? ਅੱਜ ਤੋਂ ਠੀਕ 22 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਇੱਕ ਫੈਸਲਾ ਕੀਤਾ ਜਿਹੜਾ ਅਸੀਂ ਸਿਰ ਮੱਥੇ ਕਰਕੇ ਮੰਨਿਆ। ਪੰਜਾਬ ਦੀਆਂ ਬੀਬੀਆਂ ਨੇ, ਪੰਜਾਬ ਦੇ ਨੌਜਵਾਨਾਂ ਨੇ ਤੇ ਪੰਜਾਬ ਦੇ ਸਾਡੇ ਲੋਕਾਂ ਨੇ, ਉਹਨਾਂ ਨੇ ਕਿਹਾ 92 ਸੀਟਾਂ ਦੇ ਨਾਲ ਪੰਜਾਬ ਦੇ ਅੰਦਰ ਬਦਲਾਵ ਲੈ ਕੇ ਆਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਉਹ ਲੋਕ ਕੇ ਚਾਹੁੰਦੇ ਸਨ, ਲੋਕਾਂ ਨੂੰ ਲੱਗਦਾ ਸੀ ਕਿ ਇਹ ਜਿਹੜੀ ਨਵੀਂ ਬਦਲਾਵ ਪਾਰਟੀ ਹੈ, ਕਿਉਂਕਿ ਸੁਪਨੇ ਵੱਡੇ ਵੱਡੇ ਵਿਖਾਏ ਗਏ ਤੇ ਲੋਕਾਂ ਨੂੰ ਲੱਗਿਆ ਕਿ ਇਹ ਦੂਜੀਆਂ ਪਾਰਟੀਆਂ ਨਾਲੋਂ ਕੋਈ ਵੱਖਰਾ ਕੰਮ ਹੋਏਗਾ ਇਸ ਪਾਰਟੀ ਦੇ ਅੰਦਰ। ਐਸੇ ਸੁਪਨੇ, ਐਸੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਮੋਹ ਗਈਆਂ ਤੇ 92 ਸੀਟਾਂ ਦੇ ਨਾਲ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਤੇ ਝਾੜੂ ਦੀ ਸਰਕਾਰ ਬਣੀ। ਔਰ ਅਸੀਂ ਚੁੱਪ ਚਪੀਤੇ ਬੈਠੇ, ਸੀਪੀਐਮ ਵਾਲੇ ਵੀ ਆਏ ਆ ਸਾਰੇ ਸਾਥੀ, ਅਸੀਂ ਚੁੱਪ ਚਪੀਤੇ 1.5 ਸਾਲ ਤੋਂ ਇਸ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਾਂ ਕਿ ਜਿਹੜੇ ਵਾਅਦੇ ਇਸ ਸਰਕਾਰ ਨੇ ਕੀਤੇ ਸਨ, ਕੀ ਸਰਕਾਰ ਉਹ ਵਾਅਦਿਆਂ ਤੇ ਪੂਰਾ ਹੋਣਗੇ ਜਾਂ ਨਹੀਂ ਹੋਣਗੇ। ਔਰ 1.5 ਸਾਲਾਂ ਬਾਅਦ ਇਹ ਪ੍ਰਣ ਕੀਤਾ ਕਿ ਆਓ ਹੁਣ ਲੋਕਾਂ ਦੀ ਆਵਾਜ਼ ਨੂੰ ਧਰਨਿਆਂ ਦੇ ਰੂਪ ਦੇ ਵਿੱਚ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰੀਏ ਤਾਂ ਜੋ ਗੁੰਗੀ ਬਹਿਰੀ ਸਰਕਾਰ ਨੂੰ ਉਹਨਾਂ ਦੇ ਵਾਅਦੇ ਚੇਤੇ ਕਰਾਈਏ। ਬਹੁਤ ਸਾਰੇ ਵਾਅਦੇ ਕੀਤੇ ਸਨ ਪੰਜਾਬ ਦੇ ਲੋਕਾਂ ਨੇ। ਆ ਬੀਬੀਆਂ ਨੂੰ ਕਿਹਾ ਸੀ 1000 ਰੁਪਇਆ ਦਿਆ ਕਰੂੰਗਾ ਚੜੇ ਮਹੀਨੇ ਆਊਗਾ। ਆ ਬੀਬੀਆਂ ਨੂੰ ਕਿਹਾ ਸੀ 2500 ਰੁਪਇਆ ਪੈਨਸ਼ਨ ਆਏਗੀ। ਇਹ ਮੇਰੀਓ ਮਾਤਾਓ ਭੈਣੋ ਹੁਣ ਹੱਥ ਮਾਰਦੀਆਂ, ਅਸੀਂ 1500 ਰੁਪਇਆ ਤੁਹਾਨੂੰ ਪੈਨਸ਼ਨ ਦਿੱਤੀ ਸੀ। 500 ਰੁਪਇਆ ਪੈਨਸ਼ਨ ਹੁੰਦੀ ਸੀ, 1000 ਰੁਪਇਆ ਤੁਹਾਡੀ ਵਧਾਈ ਸੀ। ਲੇਕਿਨ ਬੀਬੀਆਂ ਨੂੰ ਲੱਗਿਆ ਕਿ 1000 ਰੁਪਇਆ ਨਵਾਂ ਆਏਗਾ। ਸਾਰੀਆਂ ਵੋਟਾਂ ਭਗਵੰਤ ਮਾਨ ਨੂੰ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ ਪੰਜਾਬ ਦੇ ਵਿੱਚ ਪਾਈਆਂ। ਨਾ ਕੇਵਲ ਇਹ ਵਾਅਦਾ, ਹੋਰ ਬੜੇ ਵਾਅਦੇ ਸਨ ਪੰਜਾਬ ਦੇ ਲੋਕਾਂ ਨਾਲ ਕੀਤੇ। ਲੇਕਿਨ ਮੈਂ ਸਮਝਦਾ ਵਾਅਦੇ ਤਾਂ ਪੂਰੇ ਹੋਣੇ ਹੈ ਜਾਂ ਨਹੀਂ ਹੋਣੇ, ਇਹਨਾਂ ਬਾਰੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ 22 ਮਹੀਨਿਆਂ ਦੀ ਸਰਕਾਰ ਚ ਚਾਨਣ ਹੋ ਗਿਆ। ਲੇਕਿਨ ਜੋ ਅੱਜ ਪੰਜਾਬ ਦੇ ਹਾਲਾਤ ਹਨ, ਮੈਂ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ। ਅੱਜ ਆ ਸੈਦੋ ਕਿਹੜਾ ਪਿੰਡ ਰਾਣਾ ਜੀ, ਅੱਜ ਸਿੱਧਵਾ ਦੋਨਾ ਪਿੰਡ ਹੈ, ਤੁਹਾਡੇ ਇਲਾਕੇ ਦਾ ਪਿੰਡ ਹੈ। ਕਹਿੰਦੇ ਥੋੜੇ ਦਿਨ ਪਹਿਲਾਂ 5 ਸਾਲਾਂ ਦੇ ਉੱਥੇ ਜਿਹੜਾ ਪੁਜਾਰੀ ਸੀ ਸਾਡੀ ਭੈਣ, ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਕੋਈ ਗੜਾਸਿਆ ਨਾ ਕਹਿੰਦੇ ਮਾਰ ਦਿੱਤਾ ਗਿਆ। ਉਦੋਂ ਪਹਿਲਾਂ ਉੱਥੇ ਇੱਕ ਨੌਜਵਾਨ ਮੁੰਡਾ ਮਾਰ ਦਿੱਤਾ ਗਿਆ। ਆ ਨਕੋਦਰ ਦੀ ਘਟਨਾ ਹੈ, ਕੱਪੜਾ ਵਪਾਰੀ ਦਾ ਕੀ ਹਾਲ ਹੋਇਆ, ਆ ਕੱਪੜਾ ਵਪਾਰੀ ਦਾ ਕੀ ਹਾਲ ਹੋਇਆ। ਔਰ ਸਭ ਤੋਂ ਮਾੜੀ ਗੱਲ ਤੁਸੀਂ ਅੱਜ ਸੁਣ ਰਹੇ ਹੋ, ਜਿਹੜਾ ਸਿੱਧੂ ਮੂਸੇ ਵਾਲਾ ਹੁੰਦਾ ਸੀ, ਉਹ ਸਾਡੇ ਮਾਲਵੇ ਨਾਲ ਸੰਬੰਧਿਤ ਇੱਕ ਨੌਜਵਾਨ ਸਾਥੀ, ਜਿਹਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ, ਪੰਜਾਬੀ ਦਾ ਨਾਂ ਰੋਸ਼ਨ ਕੀਤਾ, ਉਹਨੂੰ ਮਾਰ ਦਿੱਤਾ ਗਿਆ। ਔਰ ਮਾਰਨ ਤੋਂ ਬਾਅਦ ਅੱਜ 1.5 ਸਾਲ ਬਾਅਦ ਸਿੱਧੂ ਮੂਸੇ ਵਾਲੇ ਦਾ ਬਾਪ ਤਾਂ ਮਾਰ ਮਾਰ ਕੇ ਰੋਂਦਾ, ਉਹਦੀ ਮਾਂ ਰੋਂਦੀ ਹੈ। ਲੇਕਿਨ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਤੇ ਜਿਹਨੇ ਮਾਰਿਆ ਉਹ ਜੇਲ੍ਹ ਦੇ ਵਿੱਚ ਇੰਟਰਵਿਊ ਦਿੰਦਾ ਤੇ ਉਹ ਕਹਿੰਦਾ ਕਿ ਅਸੀਂ ਸਿੱਧੂ ਮੂਸੇ ਵਾਲੇ ਦੇ ਬਾਪ ਨੂੰ ਵੀ ਗਾਂ ਮਾਰਾਂਗੇ, ਅਸੀਂ ਮਾਰਿਆ, ਜਾਓ ਜਿਹੜਾ ਕਰਨਾ ਕਰ ਲਓ। ਤੇ ਅੱਜ ਤੱਕ
ਅੱਜ ਤੱਕ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਸਰਕਾਰ ਨੂੰ ਵੀ ਇਹ ਇੰਟਰਵਿਊ ਕਿੱਥੇ ਹੋਈ ਹੈ। ਇਹ ਇੰਟਰਵਿਊ ਬਠਿੰਡੇ ਹੋਈ ਹੈ, ਲੇਕਿਨ ਸਰਕਾਰ ਸੁੱਤੀ ਪਈ ਹੈ। ਜੇਲ੍ਹ ਚ ਬੰਦਾ ਬੰਦ ਹੈ, 200 ਤੋਂ ਵੱਧ ਮੁਕੱਦਮੇ ਹੈ, ਫੇਰ ਜੇਲ੍ਹ ਚ ਬੈਠਾ ਇੰਟਰਵਿਊ ਦੇ ਰਿਹਾ। ਇਹਦਾ ਮਤਲਬ ਪੰਜਾਬ ਦਾ ਜਿਹੜੇ ਹਾਲਾਤ ਹਨ ਉਹ ਗੰਭੀਰ ਹੁੰਦੇ ਜਾ ਰਹੇ ਨੇ।